ਅਸਲਾਮੁਅਲੈਕੁਮ ਚਾਚਾ ਜੀ। ਚਾਚਾ ਜੀ ਕੀ ਨਾਮ ਆਪਣਾ? ਤੇ ਕਾਫੀ ਤਜਰਬਾ ਟਰੈਕਟਰ ਚੜਾਉਣ ਦਾ ਟਰਾਲੇ ਦਾ ਤਜਰਬਾ ਤੇ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ। ਹਾਂਜੀ, ਇਹ ਤਜਰਬੇਕਾਰ ਬੰਦਾ ਹੋਣਾ ਚਾਹੀਦਾ ਕਿ ਹਰ ਬੰਦੇ ਚੜਾ ਲੈਂਦੇ? ਹਰ ਬੰਦੇ ਦਾ ਬਾਦਰ ਹੋ ਗਿਆ। ਸਹੀ, ਤੇ ਕਿੰਨਾ ਤਜਰਬਾ ਆਪਣਾ? ਵੈਸੇ ਸ਼ੋਰੂਮ ਤੇ ਕੰਮ ਕਰ ਰਹੇ ਹੋ ਤੇ ਕਿੱਥੇ ਜਾ ਰਹੇ ਟਰੈਕਟਰ? ਠੀਕ ਹੈ ਜੀ, ਮਿਹਰਬਾਨੀ। ਅੱਜ ਲੋਡ ਹੋ ਗਿਆ ਟਰੈਕਟਰ ਚਾਹ ਰਹੇ ਮੇਰੇ ਤੇ ਸਾਹਮਣੇ। ਸ਼ੋਰੂਮ ਦਾ ਨਾਮ ਕੀ ਹੈ? ਮੁਲਾਨ ਟਰੈਕਟਰ ਹੈ ਜੀ, ਸ਼ੋਰੂਮ ਦਾ ਨਾਮ। ਟਰੈਕਟਰ ਹੈ ਜੀ, ਰੀਪੇਂਟ ਹੋ ਕੇ ਪਾਲਿਸ਼ ਹੋ ਕੇ ਫਿਰ ਇਹ ਸਪੋਰਟ ਕੀਤੇ ਜਾਣਗੇ। ਜੈਨੂਅਨ ਜਿਹੜਾ ਪੇਂਟ ਹੈ ਇਹਨਾਂ ਦਾ, ਉਹਦੇ ਉੱਤੇ ਇਹਨਾਂ ਨੂੰ ਫਿਰ ਪੇਂਟ ਕੀਤਾ ਜਾਂਦਾ ਜੀ, ਤਿਆਰ ਕਰਕੇ ਸਪੋਰਟ ਕੀਤੇ ਜਾਂਦੇ ਨੇ ਬਾਹਰ ਮੁਲਕਾਂ ਦੇ ਵਿੱਚ। ਹਾਂਜੀ, ਇਹ ਮਾਸ਼ਾਅੱਲਾ ਜੀ 8 ਟਰੈਕਟਰ ਜਿਹੜੇ ਨੇ ਇਹ ਕਿਹੜੀ ਜਗ੍ਹਾ 'ਤੇ ਜਾ ਰਹੇ ਆ ਜੀ? ਇਹ ਭਾਈ ਹੋਣਾ ਕੋਲ। ਅਸਲਾਮੁਅਲੈਕੁਮ ਜੀ। ਭਾਈ ਕਿਹੜੀ ਜਗ੍ਹਾ 'ਤੇ ਲੈ ਕੇ ਜਾ ਰਹੇ ਹੋ ਟਰੈਕਟਰ? ਬਾਰਾ ਚਿਨਾਰ, ਯਾਨੀ ਕਿ ਅਫਗਾਨਿਸਤਾਨ 'ਚ 8 ਟਰੈਕਟਰ ਜਾ ਰਹੇ ਆ ਜੀ। ਅਤੇ ਕਦੋਂ ਪਹੁੰਚੋਗੇ ਤੁਸੀਂ? ਕਿੰਨੀ ਦੇਰ ਲੱਗ ਜਾਏਗੀ? ਦੋ ਤਿੰਨ ਦਿਨ। ਤੁਸੀਂ ਇਹ ਬਾਰਡਰ 'ਤੇ ਲਾ ਦੇਣੇ ਅੱਗੋਂ ਦੂਸਰੀ ਗੱਡੀ 'ਤੇ ਜਾਣੇ ਨੇ? ਅੱਛਾ, ਬਾਰਡਰ 'ਤੇ ਲਾ ਦੇਣੇ 8 ਟਰੈਕਟਰ ਜੀ। ਅੱਛੀ ਲੱਗੇ ਇਹਨੂੰ ਲਾਈਕ ਅਤੇ ਦੋਸਤਾਂ ਨਾਲ ਸ਼ੇਅਰ, ਅਤੇ ਮਜ਼ੀਦ ਇਸ ਤਰ੍ਹਾਂ ਦੀ ਵੀਡੀਓਜ਼ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਦੇਖਣ ਦਾ ਸ਼ੁਕਰੀਆ। ਅੱਲਾ ਹਾਫਿਜ਼।